ਵਿਦੇਸ਼ਾਂ ਵਿੱਚ ਵਸਦੇ ਆ ਪੰਜਾਬੀ ਹਮੇਸ਼ਾ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਨੇ। ਮੰਟੀਕਾ ਸ਼ਹਿਰ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਸਦਾ ਪੰਜਾਬ ਭੰਗੜਾ ਅਕੈਡਮੀ ਸਥਾਪਿਤ ਕੀਤੀ ਗਈ ਹੈ, ਜਿੱਥੇ ਬੱਚਿਆਂ ਨੂੰ ਭੰਗੜੇ ਤੇ ਗਿੱਧੇ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਜਾਂਦਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਵੱਲੋਂ ਵਿਸ਼ੇਸ਼ ਤੌਰ ਤੇ ਵਸਦਾ ਪੰਜਾਬ ਭੰਗੜਾ ਅਕੈਡਮੀ ਵਿਖੇ ਪਹੁੰਚ ਕੇ ਉੱਥੋਂ ਦੇ ਇੰਸਟ੍ਰਕਟਰ ਪਰਮਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ। ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਨਿੱਘਾ ਸਵਾਗਤ ਹੈ ਜੀ। ਮੈਂ ਇਸ ਵਕਤ ਖੜ੍ਹਾ ਹਾਂ ਮੰਟੀਕਾ ਸ਼ਹਿਰ ਦੇ ਉਸ ਥਾਂ 'ਤੇ ਜਿੱਥੇ ਸਾਡੇ ਜੋ ਪਨੀਰੀ ਹੈ, ਸਾਡੇ ਬੱਚੇ ਹਨ, ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਦਾ ਇੱਕ ਮੇਜਰ ਉਪਰਾਲਾ ਕਰ ਰਹੇ ਹਨ ਜਿਹੜੇ ਮੇਰੇ ਵੀਰ ਨੇ ਇੱਥੋਂ ਦੇ, ਅਤੇ ਉਹ ਇੱਕ ਅਕੈਡਮੀ ਚਲਾ ਰਹੇ ਹਨ ਅਤੇ ਉਹ ਅਕੈਡਮੀ ਦਾ ਨਾਮ ਉਹਨਾਂ ਨੇ ਰੱਖਿਆ ਵਸਦਾ ਪੰਜਾਬ। ਅਤੇ ਵਸਦਾ ਪੰਜਾਬ ਸੱਚੀ ਮੁੱਚੀ ਇੱਥੇ ਦੇਖਣ ਨੂੰ ਮਿਲਦਾ ਹੈ। ਅਕੈਡਮੀ ਦੇ ਅੰਦਰ ਚੱਲਦੇ ਹਾਂ, ਤੁਹਾਨੂੰ ਰੂਬਰੂ ਕਰਾਉਂਦੇ ਹਾਂ ਉਹਨਾਂ ਨਾਲ ਜਿਨ੍ਹਾਂ ਨੇ ਉੱਦਮ ਕੀਤਾ ਹੈ, ਅਤੇ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਛੋਟੇ ਛੋਟੇ ਬੱਚੇ ਕਿੰਨੇ ਸੋਹਣੇ ਢੰਗ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੁੜ ਰਹੇ ਹਨ। ਇਕੱਲੇ ਭੰਗੜਾ ਗਿੱਧਾ ਇਹੀ ਨਹੀਂ ਸਿਖਾ ਰਹੇ, ਸਗੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਦੇ ਵਿੱਚ ਉੱਦਮ ਕਰ ਰਹੇ ਹਨ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਜੋੜਨ ਦੀ। ਆਓ ਵੇਖਦੇ ਹਾਂ ਹੱਸਦੇ ਵਸਦੇ ਰਹਿੰਦੇ ਇਸ ਵਸਦਾ ਪੰਜਾਬ ਦੇ ਵਿੱਚ ਮੰਟੀਕਾ ਸ਼ਹਿਰ ਦੇ ਇਸ ਅਕੈਡਮੀ ਦੇ ਵਿੱਚ। ਅਸੀਂ ਅੰਦਰ ਆ ਗਏ ਹਾਂ ਜੀ ਵਸਦਾ ਪੰਜਾਬ। ਬੜਾ ਸੋਹਣਾ ਬੱਚੇ ਖੜ੍ਹੇ ਨੇ ਦੇਖਣ ਨੂੰ ਦਿਖ ਰਹੇ ਜੀ। ਇਹ ਤਿਆਰੀ ਕਰ ਰਹੇ ਨੇ ਡਾਂਸ ਦੀ, ਸਿੱਖਣ ਦੀ ਪੰਜਾਬੀ ਭੰਗੜੇ ਦੀ। ਅਤੇ ਚਰਖੇ ਦਾ ਸੀਨ, ਇਹਨਾਂ ਦੀ ਵਾਲ ਜਿਹੜੀ ਬਣੀ ਹੋਈ ਹੈ, ਵਸਦਾ ਪੰਜਾਬ ਇੱਕ ਕਰਟਨ ਰੇਜ਼ਰ ਜਿਹੜਾ ਹੈ ਉਹ ਦਿਖਾ ਰਹੇ ਨੇ। ਢੱਡ ਬਣਾਇਆ ਹੈ ਇਹਨਾਂ ਨੇ, ਛੱਜ ਬਣਾਏ ਨੇ, ਢੋਲ ਬਣਾਇਆ, ਚਿਮਟਾ ਬਣਾਇਆ, ਸਰੰਗੀ ਹੈ, ਜਿਹੜੇ ਸਾਡੇ ਤੰਤੀ ਸਾਜ਼ ਨੇ ਵਿਰਸੇ ਨਾਲ ਜੁੜੇ, ਉਹਨਾਂ ਨੂੰ ਨਾਲ ਇਸ ਵਾਲ ਦੇ ਵਿੱਚ ਇਹਨਾਂ ਨੇ ਦਿਖਾਇਆ। ਅਤੇ ਨਾਲ ਹੀ ਇੱਥੇ ਜਿਹੜੇ ਅਸੀਂ ਨੱਚਣ ਲੱਗਿਆ, ਡਾਂਗਾ, ਡੰਡੇ, ਸੱਪ, ਛੱਜ ਜੋ ਵੀ ਯੂਜ਼ ਕਰਦੇ ਹਾਂ ਉਹ ਚੀਜ਼ਾਂ ਇੱਥੇ ਦਿਖ ਰਹੀਆਂ ਹਨ। ਛੋਟੇ ਛੋਟੇ ਬੱਚੇ ਮੈਂ ਦੇਖ ਰਿਹਾ ਹਾਂਗਾ ਅਤੇ ਪ੍ਰੈਕਟਿਸ ਕਰਦੇ ਪਏ ਨੇ। ਅਤੇ ਮਿਲਦੇ ਹਾਂ ਇਹਨਾਂ ਦੇ ਜੋ ਇੰਸਟ੍ਰਕਟਰ ਨੇ ਪਰਮਦੀਪ ਸਿੰਘ ਜੀ, ਅੰਦਰ ਚੱਲਦੇ ਹੋਏ। ਇੱਥੇ ਤਾਂ ਜੀ ਬੜਾ ਡਰਾਵਣਾ ਜਿਹਾ ਲੱਗਾ, ਬਟ ਲੋ ਵਾਹ ਜੀ ਵਾਹ, ਵਾਹ ਜੀ ਵਾਹ, ਅਸੀਂ ਤੁਹਾਡੇ ਕੋਲ ਆ ਰਹੇ ਹਾਂ, ਖੂਹ ਚੱਲ ਕੇ ਸਾਡੇ ਕੋਲ ਆ ਗਿਆ। ਡਾਂਗ ਤੁਸੀਂ ਹੱਥ 'ਚ ਫੜੀ ਹੈ, ਠੀਕ ਠਾਕ ਹੈ ਨਾ? ਬਾਕੀ ਹੁਣ ਬੱਚਿਆਂ ਨੂੰ ਥੋੜ੍ਹਾ ਜਿਹਾ ਸਿਖਾਉਣਾ ਹੈਗਾ, ਸੋ ਡਾਂਗ ਨਾਲ ਸਿਖਾਉਣਾ ਨਹੀਂ, ਡਾਂਗ ਫਿਰ ਇਹਨਾਂ ਨੂੰ ਥੋੜ੍ਹਾ ਬਹੁਤਾ ਸਟ੍ਰਿਕਟ ਵੀ ਰਹਿਣਾ ਪੈਂਦਾ ਡਾਂਗ ਫੜ ਕੇ। ਨੱਚਦੇ ਟੱਪਦੇ ਹੱਸਦੇ ਵਸਦੇ ਪੰਜਾਬ ਦੇ ਵਿੱਚ ਬੱਚੇ ਜੁੜ ਰਹੇ ਨੇ ਆਪਣੇ ਸੱਭਿਆਚਾਰ ਦੇ ਨਾਲ। ਪਰਮਦੀਪ ਸਿੰਘ ਜੀ, ਕਿੰਨੇ ਸਾਲ ਹੋ ਗਏ ਸਾਨੂੰ ਇਹ ਅਕੈਡਮੀ ਚਲਾਉਂਦੇ ਆ, ਅਤੇ ਖਾਸ ਕਰ ਮੰਟੀਕਾ ਸ਼ਹਿਰ ਹੀ ਕਿਉਂ? ਮੰਟੀਕਾ ਸ਼ਹਿਰ ਸੀਗਾ ਜੀ, ਖਾਸ ਕਰਕੇ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ ਕਿ ਬੱਚਿਆਂ ਨੂੰ ਕੋਚਿੰਗ ਦੇਣ ਲਈ। ਸੋ ਬੇਸਿਕਲੀ ਮੈਂ 3 ਬੱਚਿਆਂ ਤੋਂ ਇੱਥੇ ਸਟਾਰਟ ਕੀਤਾ ਸੀ ਮੰਟੀਕੇ ਦੀ ਅਕੈਡਮੀ। ਹਾਂਜੀ, ਮੇਰੇ ਭਾਅ ਜੀ ਰੁਪਿੰਦਰ ਸਿੰਘ ਮਾਂਗਟ ਜਿਨ੍ਹਾਂ ਨੇ ਮੇਰੀ ਇੱਥੇ ਸ਼ੁਰੂਆਤ ਕਰਾਈ ਸੀ ਸਿਰਫ 3 ਬੱਚਿਆਂ ਦੇ ਨਾਲ। ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋਕ ਸਾਡੇ ਨਾਲ ਜੁੜਦੇ ਰਹੇ, ਵਰਡ ਆਫ ਮਾਊਥ, ਸਾਰੇ ਲੋਕ ਜਿੰਨੇ ਵੀ ਸਾਡੇ ਨਾਲ ਜੁੜੇ ਅੱਗੇ ਦੱਸਦੇ ਸੀ ਕਿ ਹਾਂ ਵੀ ਇੱਥੇ ਭੰਗੜੇ ਦੀ ਕੋਚਿੰਗ ਮਿਲਦੀ ਹੈ। ਸਾਡੇ ਕੋਲ 130 ਤੋਂ 140 ਬੱਚੇ ਆ ਸਿਰਫ ਸਾਡੀ ਇਹੀ ਲੋਕੇਸ਼ਨ 'ਤੇ। ਅਤੇ ਤੁਸੀਂ ਕਿੱਥੋਂ ਸਿੱਖਿਆ ਭੰਗੜਾ? ਪਹਿਲੀ ਗੱਲ ਤਾਂ ਤੁਸੀਂ ਆਪਣਾ ਪਿਛੋਕੜ ਦੱਸੋ। ਮੈਂ 10 ਸਾਲ ਦਾ ਸੀ ਜਦੋਂ ਮੈਂ ਭੰਗੜਾ ਸਟਾਰਟ ਕੀਤਾ। ਤੁਸੀਂ ਅਮਰੀਕਾ 'ਚ? ਇੰਡੀਆ 'ਚ, ਮੈਂ ਲੁਧਿਆਣੇ ਤੋਂ ਸਿੱਖਿਆ। ਮੇਰੇ ਉਸਤਾਦ ਜੀ ਉਸਤਾਦ ਜਨਕ ਰਾਜ ਜੀ, ਉਸਤਾਦ ਟਹਿਲ ਸਿੰਘ ਖੀਵਾ ਜੀ, ਅਤੇ ਉਹਨਾਂ ਤੋਂ ਮੈਂ ਭੰਗੜਾ ਸਿੱਖਿਆ। ਬਾਕੀ ਅਸੀਂ ਸਕੂਲ 'ਚ ਪਾਉਂਦੇ ਰਹੇ ਅਤੇ ਫਿਰ ਜਦੋਂ ਉਰੇ ਆਏ ਪਹਿਲਾਂ ਤਾਂ ਸਾਨੂੰ ਇੰਨਾ ਪਤਾ ਨਹੀਂ ਸੀ ਕਿ ਉਰੇ ਭੰਗੜੇ ਦਾ ਕਿੰਨਾ ਕੁ ਫੋਕਸ ਹੈਗਾ, ਸਕੋਪ ਹੈਗਾ ਜਾਂ ਨਹੀਂ ਹੈਗਾ। ਸੋ ਹੌਲੀ ਹੌਲੀ ਜਦੋਂ ਇੱਥੇ ਫਰੈਂਡ ਸਰਕਲ ਬਣਦਾ ਰਿਹਾ ਅਤੇ ਉਹਨਾਂ ਨਾਲ ਜਦੋਂ ਜੁੜੇ, ਫਿਰ ਅਸੀਂ ਆਪਣੀ ਇੱਥੇ ਟੀਮ ਤਿਆਰ ਕੀਤੀ। ਸੋ ਜਦੋਂ ਟੀਮ ਤਿਆਰ ਹੋਈ ਉਹਦੇ ਨਾਲ ਫਿਰ ਅਸੀਂ ਭੰਗੜਾ ਪਾਉਂਦੇ ਰਹੇ ਅਤੇ
ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਸਿਖਲਾਈ 'ਚ ਆ ਗਏ, ਕੋਚਿੰਗ 'ਚ ਆ ਗਏ। ਵਾਹ ਜੀ ਵਾਹ। ਤੁਹਾਡੇ ਨਾਲ ਨਾ ਕਰਨੀ ਹੈ ਇੱਕ ਡਿਟੇਲ 'ਚ ਇੰਟਰਵਿਊ, ਪਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਸਿਰਫ ਦਿਖਾ ਰਹੇ ਹਾਂ ਵੀ ਇਹ ਬੱਚੇ ਛੋਟੇ ਛੋਟੇ ਜਿਹੜੇ ਪਨੀਰੀ ਜਿਹੜੀ ਹੈ ਤੁਸੀਂ ਤਿਆਰ ਕਰ ਰਹੇ ਹੋ। ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂਗਾ ਵੀ ਦਿਵਾਲੀ ਮੇਲਾ ਪਿੱਛੇ ਜੇ ਇੱਥੇ ਨੇੜੇ ਦੇ ਸ਼ਹਿਰ ਮਾਊਂਟੇਨ ਹਾਊਸ ਵਿਖੇ ਹੋਇਆ ਅਤੇ ਅਸੀਂ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਉਹਨੂੰ ਫੁੱਲ ਕਵਰੇਜ ਕੀਤੀ ਅਤੇ ਉੱਥੇ ਪਰਮਜੀਤ ਦੇ ਇਸ ਵਸਦੇ ਪੰਜਾਬ ਦੇ ਬੱਚਿਆਂ ਨੇ ਪੂਰੀ ਸਟੇਜ ਕੈਪਚਰ ਕੀਤੀ ਹੋਈ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿੱਤ ਨਵਾਂ ਡਾਂਸ ਲੈ ਕੇ ਹਾਜ਼ਰ ਹੋ ਰਹੇ ਸਨ ਸਟੇਜ ਉੱਤੇ, ਅਤੇ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਕਰਨੀ ਬਣਦੀ ਹੈ, ਬਟ ਮੈਂ ਚਾਹਾਂਗਾ ਤੁਸੀਂ ਬ੍ਰੀਫ ਦੇ ਵਿੱਚ ਦੱਸੋ। ਇੱਕ ਅਸੀਂ ਹੋਰ ਚੀਜ਼ ਅਨਾਊਂਸਮੈਂਟ ਕਰਨੀ ਸੀਗੀ ਇੱਕ ਤਾਂ, ਜਿਵੇਂ ਹੁਣ ਸਾਡੇ ਅਕੈਡਮੀ 'ਚ ਬੱਚੇ ਜਿਵੇਂ ਮੈਂ ਦੱਸਿਆ ਸਾਡੇ ਕੋਲ 130 ਬੱਚੇ ਇੱਥੇ ਹੈਗੇ 30, ਅਤੇ ਅਸੀਂ ਅਨਾਊਂਸਮੈਂਟ ਮੈਂ ਇਹ ਕਰਨਾ ਚਾਹੁੰਦਾ ਸੀ ਅਗਲੇ ਸਾਲ ਤੋਂ ਅਸੀਂ ਇੰਟਰ ਅਕੈਡਮੀ ਕੰਪੀਟੀਸ਼ਨ ਕਰਾ ਰਹੇ ਹਾਂ, ਅਸੀਂ ਸ਼ੁਰੂ ਕਰ ਰਹੇ ਹਾਂ ਇੰਟਰ ਅਕੈਡਮੀ ਕੰਪੀਟੀਸ਼ਨ। ਇੰਟਰ ਅਕੈਡਮੀ ਤੋਂ ਕੀ ਭਾਵ? ਇੰਟਰ ਅਕੈਡਮੀ ਮਤਲਬ ਕਿ ਜਿੰਨੇ ਵੀ ਸਾਡੇ ਅਕੈਡਮੀ ਦੇ ਬੱਚੇ ਹੋਣਗੇ ਉਹ ਸਾਰੇ ਪਰਫੋਰਮ ਕਰਨਗੇ। ਇੱਕ ਆਪਣੀਆਂ ਅਕੈਡਮੀਆਂ ਕਿ ਹੋਰ? ਸਾਡੀਆਂ ਆਪਣੀਆਂ ਅਕੈਡਮੀਆਂ, ਜਿੰਨੇ ਵੀ ਸਾਡੀਆਂ ਅਕੈਡਮੀਆਂ 'ਚ ਬੱਚੇ। ਅਕੈਡਮੀਆਂ ਤੁਹਾਡੀਆਂ? ਸਾਡੀ ਇਸ ਵਕਤ 3 ਤੋਂ 4 ਲੋਕੇਸ਼ਨਾਂ ਚੱਲ ਰਹੀਆਂ। ਹਾਂਜੀ, ਮੋਡੈਸਟੋ ਚੱਲ ਰਹੀ ਹੈ ਸਾਡੀ, ਇੱਕ ਮੰਟੀਕੇ 'ਚ ਹੈ ਸਾਡੀ, ਇੱਕ ਫ੍ਰਿਜ਼ਨੋ 'ਚ ਹੈ, ਅਤੇ ਇੱਕ ਸਾਡੀ ਸਟਾਕਟਨ 'ਚ ਚੱਲ ਰਹੀ ਆ। ਸੋ ਹੋਰ ਸਾਡੀਆਂ 3 ਤੋਂ 4 ਲੋਕੇਸ਼ਨਾਂ ਹੋਰ ਖੁੱਲ੍ਹ ਰਹੀਆਂ ਬੜੀ ਜਲਦੀ ਤੋਂ ਜਲਦੀ। ਅਤੇ ਜਿਵੇਂ ਮੈਂ ਦੱਸਿਆ ਕਿ ਸਾਡੇ 3 ਤਾਂ ਇੰਟਰ ਅਕੈਡਮੀ ਕੰਪੀਟੀਸ਼ਨ ਹੋ ਰਹੇ ਆ ਅਗਲੇ ਸਾਲ ਤੋਂ ਸ਼ੁਰੂ ਕਰ ਰਹੇ ਹਾਂ। ਉਸ ਤੋਂ ਬਾਅਦ ਸਾਡਾ ਇੱਕ ਅਸੀਂ ਕੰਪੀਟੀਸ਼ਨ ਕਰਾਉਂਦੇ ਹਾਂ ਜਿਸ 'ਚੋਂ ਟੀਮਾਂ ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਅਮੈਰੀਕਾ, ਉੱਥੇ ਸਾਰੇ ਪਾਸੋਂ ਆਉਣਗੀਆਂ। ਉਹ ਕੰਪੀਟੀਸ਼ਨ ਦਾ ਨਾਮ ਹੈ ਵਸਦਾ ਪੰਜਾਬ ਭੰਗੜਾ ਕੰਪੀਟੀਸ਼ਨ। ਇੰਟਰਨੈਸ਼ਨਲ ਲੈਵਲ 'ਤੇ? ਇੰਟਰਨੈਸ਼ਨਲ ਲੈਵਲ 'ਤੇ ਸਾਡਾ ਭੰਗੜਾ ਹੈਗਾ, ਉਹ ਹੈਗਾ ਆਪਣਾ April 11 ਅਗਲੇ ਸਾਲ ਨੂੰ, ਵਿਸਾਖੀ ਦੇ ਨੇੜੇ। ਹਾਂਜੀ, ਵਿਸਾਖੀ ਦੇ ਨੇੜੇ। ਸੋ ਵਿਸਾਖੀ ਤੋਂ 2-3 ਦਿਨ ਪਹਿਲਾਂ ਦਾ ਉਹ April 2020 ਦੇ ਵਿੱਚ। ਅਤੇ ਇੱਕ ਅਸੀਂ ਮੰਟੀਕੇ 'ਚ ਇੱਕ ਹੋਰ ਚੀਜ਼ ਅਸੀਂ ਬਹੁਤ ਵਧੀਆ ਸ਼ੁਰੂ ਕਰ ਰਹੇ ਹਾਂ, ਮੰਟੀਕੇ ਦੀਆਂ ਤੀਆਂ। ਹਾਂਜੀ, ਇੱਥੇ ਮੰਟੀਕੇ 'ਚ ਹਜੇ ਤੱਕ ਕੋਈ ਤੀਆਂ ਨਹੀਂ ਹੋਈਆਂ। ਸੋ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਕਿ ਅਸੀਂ ਉਹ ਚੀਜ਼ ਨੂੰ ਇੱਕ ਲਿਆਈਏ, ਕਿਉਂਕਿ ਸਾਡੇ ਨਾਲ ਅਕੈਡਮੀ 'ਚ ਬਹੁਤ ਲੋਕ ਇੱਦਾਂ ਜੁੜੇ ਹੋਏ ਆ ਜਿਹੜੇ ਚਾਹੁੰਦੇ ਆ ਕਿ ਇੱਥੇ ਮੰਟੀਕੇ 'ਚ ਤੀਆਂ ਵੀ ਹੋਣ। ਸੋ ਸਾਡੇ ਵੱਲੋਂ ਉਪਰਾਲਾ ਹੈਗਾ, ਜਿੰਨਾ ਵੀ ਸਾਡੇ ਤੋਂ ਯੋਗਦਾਨ ਹੋਊਗਾ ਅਸੀਂ ਉਹ ਸ਼ੁਰੂ ਕਰਕੇ ਅਤੇ ਅੱਗੇ ਕਲਚਰ ਹੋਰ ਵਧਾਈਏ। ਅਤੇ ਜਿੱਦਾਂ ਸਾਡੀ ਕਲਚਰ ਦੀ ਗੱਲ ਹੁੰਦੀ ਹੈ, ਸੋ ਅਸੀਂ ਇੱਕ ਹੋਰ ਚੀਜ਼ ਸ਼ੁਰੂ ਕਰ ਰਹੇ ਹਾਂ ਇੱਥੇ ਕਿ ਅਸੀਂ ਪੰਜਾਬੀ ਦੀਆਂ ਕਲਾਸਾਂ ਦੇਣੀਆਂ, ਅਸੀਂ ਉਹ ਵੀ ਸ਼ੁਰੂ ਕਰ ਰਹੇ ਹਾਂ। ਹੁਣ ਹਰੇਕ ਸੰਡੇ ਅਸੀਂ ਇੱਥੇ ਪੰਜਾਬੀ ਦੀਆਂ ਕਲਾਸਾਂ ਲਿਆ ਕਰਾਂਗੇ, ਬੱਚਿਆਂ ਨੂੰ ਪੰਜਾਬੀ ਸਿਖਾਇਆ ਕਰਾਂਗੇ, ਸਾਰਾ ਕੁਛ ਉਹ ਕਰਿਆ ਕਰਾਂਗੇ ਉਹਨਾਂ ਨਾਲ। ਅਤੇ ਇੱਕ ਚੀਜ਼ ਅਸੀਂ ਟਰਬਨ ਟ੍ਰੇਨਿੰਗ ਵੀ ਸ਼ੁਰੂ ਕਰ ਰਹੇ ਹਾਂ, ਪੱਗ ਦੀ ਸਿਖਲਾਈ। ਸੋ ਉਹ ਮੇਰੇ ਭਾਅ ਜੀ ਜਿਹੜੇ ਰੁਪਿੰਦਰ ਸਿੰਘ ਮਾਂਗਟ, ਹਾਂਜੀ, ਉਹ ਪੱਗ ਦੀ ਸਿਖਲਾਈ ਇੱਥੇ ਸ਼ੁਰੂ ਕਰ ਰਹੇ ਆ। ਹੋਪਫੁਲੀ ਅਸੀਂ 1 ਮਹੀਨੇ ਦੇ ਵਿੱਚ ਉਹ ਪੱਗ ਦੀ ਸਿਖਲਾਈ ਵੀ ਸ਼ੁਰੂ ਕਰ ਦਾਂਗੇ, ਜਿਹਨਾਂ ਨਾਲ ਆਪਣੇ ਅਕੈਡਮੀ 'ਚ ਬੱਚੇ ਜਿਹੜੇ ਜੁੜੇ ਹੋਏ ਆ, ਜਿਨ੍ਹਾਂ ਨੂੰ ਸ਼ੌਂਕ ਹੈਗਾ, ਸਰਦਾਰ ਬੱਚੇ ਆ ਜਾਂ ਹੋਰ ਵੀ ਹੈਗੇ ਆ ਕਿ ਉਹਨਾਂ ਨੂੰ ਜੇ ਸ਼ੌਂਕ ਹੈ ਪੱਗ ਬੰਨਣ ਦਾ, ਸੋ ਉਹ ਭਾਅ ਜੀ ਤੋਂ ਸਿੱਖ ਸਕਦੇ ਪੱਗ। ਰੁਪਿੰਦਰ ਮਾਂਗੜ ਜੀ ਦਾ ਵੈਸੇ ਹੀ ਬੇ ਏਰੀਏ ਤੱਕ ਤਕਰੀਬਨ ਅੱਧੇ ਤੋਂ ਜ਼ਿਆਦਾ ਕੈਲੀਫੋਰਨੀਆ ਨੂੰ ਪੱਗ ਕਰਕੇ ਜਾਣਦਾ, ਵੀ ਉਹ ਵਿਆਹਾਂ ਦੀਆਂ ਪੱਗਾਂ ਵੀ ਬੰਨਦੇ ਨੇ ਅਤੇ ਸਟੇਜ ਦੀ ਸ਼ਾਨ ਬਣਦੇ ਨੇ ਹਮੇਸ਼ਾ। ਬਹੁਤ ਜੀ, ਸੋ ਇਹ ਸਾਡੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਅਗਲੇ ਸਾਲ। ਪੱਗ ਦਾ ਤਾਂ ਅਸੀਂ ਅਗਲੇ ਮਹੀਨੇ ਤੋਂ ਸ਼ਾਇਦ ਸ਼ੁਰੂ ਕਰ ਦੇਣਾ ਹੈਗਾ, ਅਤੇ ਬਾਕੀ ਜਿਹੜੇ ਅਗਲੇ ਸਾਲ ਦੇ ਸਾਡੇ ਕੰਪੀਟੀਸ਼ਨ ਹੈ, ਇੰਟਰ ਅਕੈਡਮੀ ਹੈਗੀ ਆ, ਤੀਆਂ ਹੈਗੀਆਂ, ਸੋ ਅਸੀਂ ਇਹ ਅਗਲੇ ਸਾਲ ਤੋਂ ਸਾਰਾ ਕੁਛ ਸ਼ੁਰੂ ਕਰ ਰਹੇ ਹਾਂ। ਬਹੁਤ ਵਧੀਆ ਜੀ, ਪਰਮਦੀਪ ਜੀ ਨਾਲ ਬੜੀਆਂ ਗੱਲਾਂ ਕਰਨ ਵਾਲੀਆਂ ਨੇ, ਉਹ ਅਸੀਂ ਇੱਕ ਖਾਸ ਮੁਲਾਕਾਤ ਜਿਹੜਾ ਸਾਡਾ ਪ੍ਰੋਗਰਾਮ ਆਉਂਦਾ ਉਸ ਦੇ ਵਿੱਚ ਜ਼ਰੂਰ ਕਰਾਂਗੇ। ਪਰ ਮੇਰਾ ਦਿਲ ਸੀ ਜਿਹੜਾ ਦਿਵਾਲੀ ਪਹਿਲੇ ਤਾਂ ਅਸੀਂ ਤੁਹਾਡਾ ਉਹ ਦੇਖਿਆ ਅਤੇ ਮੈਂ ਵਿਜ਼ਿਟ ਕਰਨਾ ਚਾਹੁੰਦਾ ਸੀ, ਵੀ ਇੱਕ ਝਲਕ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਤੱਕ ਤੁਹਾਡੇ ਇਸ ਅਕੈਡਮੀ ਦੀ ਪਹੁੰਚਾ ਸਕੀਏ, ਵੀ ਕਿਵੇਂ ਤੁਸੀਂ ਬੱਚਿਆਂ ਨੂੰ ਤਿਆਰ ਕਰ ਰਹੇ ਹੋ। ਅਤੇ ਝਲਕ ਅਸੀਂ ਹੁਣ ਸਾਰਾ ਕੁਛ ਜੋ ਵੀ ਅਸੀਂ ਭੰਗੜੇ 'ਚ ਯੂਜ਼ ਕਰਦੇ ਹਾਂ ਅਸੀਂ ਸਾਰਾ ਕੁਛ ਦਿਖਾਇਆ ਹੋਇਆ ਆਪਣੀ ਵਾਲ 'ਤੇ। ਸੋ ਇਹਦੇ ਨਾਲ ਬੱਚੇ ਵੀ ਹੈਗੇ ਸਾਡੇ ਕੋਲ। ਹੁਣ ਅਸੀਂ ਆਹ ਜਦੋਂ ਸਾਰੀ ਆ ਪੇਂਟਿੰਗ ਕਰਾਈ, ਅਸੀਂ ਇੱਥੇ ਨਾ ਸਾਡੇ ਹਰੇਕ ਐਕਚੁਅਲ ਇੰਸਟਰੂਮੈਂਟ ਵੀ ਰੱਖੇ। ਹਾਂਜੀ, ਹੈਗੇ ਆ। ਸੋ ਜਿਵੇਂ ਹੁਣ ਸਾਡੇ ਕੋਲ, ਪਰ ਹੁਣ ਜਿਵੇਂ ਸਾਡੇ ਇੱਥੇ ਇਸ ਵਕਤ ਨਹੀਂ ਹੈਗੇ ਕਿਉਂਕਿ ਅਸੀਂ ਮੂਵ ਕਰ ਰਹੇ ਹਾਂ ਕਈ ਸਮਾਨ। ਸੋ ਬੇਸਿਕਲੀ ਜਦੋਂ ਤੁਸੀਂ ਨੈਕਸਟ ਟਾਈਮ ਆਓਗੇ ਤੁਹਾਨੂੰ ਸਾਰਾ ਕੁਛ ਦੇਖਣ ਨੂੰ ਮਿਲੂਗਾ। ਅਤੇ ਮੈਂ ਨੈਕਸਟ ਟਾਈਮ ਆਵਾਂ ਅਤੇ ਮੈਂ ਚਾਹਾਂਗਾ ਵੀ ਤੁਸੀਂ ਵੀ ਫੁੱਲ ਡਰੈਸ ਦੇ ਵਿੱਚ ਅਤੇ ਬੱਚੇ ਵੀ ਫੁੱਲ ਡਰੈਸ ਦੇ ਵਿੱਚ ਅਸੀਂ ਉਹ ਚੀਜ਼ ਦਿਖਾਈਏ ਵੀ ਹਾਂ ਵੀ ਸੱਚੀ ਮੁੱਚੀ ਕੋਈ ਕੰਮ ਹੋ ਰਿਹਾ, ਅਤੇ ਤੂੰ ਵੀ ਦੇਖੀਏ ਵੀ ਵੱਜਦੀ ਚਿਮਟਾ ਵੀ ਵੱਜਦਾ ਦੇਖੀਏ, ਅਤੇ ਆਪਣੀ ਜਿਹੜੀ ਡਾਂਗ ਹੈ ਇਹ ਵੀ ਚਲਦੀ ਦੇਖੀਏ ਭੰਗੜੇ ਦੇ ਵਿੱਚ। ਬਿਲਕੁਲ ਜੀ, ਜਦੋਂ ਵੀ ਹੋਪਫੁਲੀ ਟਾਈਮ ਲੱਗੇ ਜਲਦੀ ਤੋਂ ਜਲਦੀ ਅਸੀਂ ਦੁਬਾਰਾ ਫਿਰ ਲਾਈਵ ਹੋਈਏ ਤੁਹਾਡੇ ਨਾਲ। ਹਾਂਜੀ, ਕੋਸ਼ਿਸ਼ ਹੈ ਸਾਡੀ ਚੜ੍ਹਦੀ ਕਲਾ ਟਾਈਮ ਟੀ ਵੀ ਦੀ, ਇੱਕੋ ਇੱਕ ਕੋਸ਼ਿਸ਼ ਜਿਹੜੀ ਹੈ ਹੰਬਲਾ ਸਾਡਾ ਜ਼ਰੂਰ ਇਹ ਰਹਿੰਦਾ ਵੀ ਅਸੀਂ ਯੂਥ
ਜਿਹੜਾ ਸਾਡਾ ਹੈਗਾ ਨੌਜਵਾਨ ਬੱਚੇ ਆਪਣੇ ਸੱਭਿਆਚਾਰ ਨਾਲ ਆਪਣੀ ਮਾਂ ਬੋਲੀ ਨਾਲ ਉਹ ਜੁੜਨ ਅਤੇ ਹਮੇਸ਼ਾ ਸਾਡਾ ਇਹ ਉੱਦਮ ਰਹਿੰਦਾ ਵੀ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰੀਏ, ਉਹਨਾਂ ਨੂੰ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਮਾਧਿਅਮ ਰਾਹੀਂ ਦੁਨੀਆ ਅੱਗੇ ਲੈ ਕੇ ਆਈਏ, ਜੋ ਮਾਂ ਬੋਲੀ ਦੀ ਸੇਵਾ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਲੱਗੇ ਹੋਏ ਨੇ, ਜਿਵੇਂ ਮਰਜ਼ੀ ਲੱਗੇ ਹੋਏ ਨੇ। ਦੇਖੋ ਇਹ ਅਕੈਡਮੀਆਂ ਵੀ ਤੁਸੀਂ ਨੋਮੀਨਲ ਫੀਸ ਚਾਰਜ ਕਰਦੇ ਹੋਵੋਗੇ ਪਰ ਖਰਚੇ ਬੜੇ ਹੁੰਦੇ ਨੇ, ਤੁਸੀਂ ਆਪ ਹੋਰ ਕੋਈ ਕਿੱਤਾ ਨਾਲ ਕਰਦੇ ਹੋ? ਹਾਂਜੀ, ਸਾਡਾ ਆਪਣਾ ਟਰੈਕਿੰਗ ਦਾ ਹੈਗਾ। ਹਾਂਜੀ, ਮੇਰੇ ਆਪ ਕੰਮ ਚੱਲਦੇ ਨਹੀਂ। ਹਾਂਜੀ, ਨਹੀਂ ਨਹੀਂ, ਕਿਉਂਕਿ ਅਕੈਡਮੀ 'ਚ ਪਤਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਲੋਕ ਸੋਚਦੇ ਵੀ ਹੈਗੇ ਕਿ ਹਾਂ ਵੀ ਇਹਨਾਂ ਦੀ ਅਕੈਡਮੀ, ਇਹਨਾਂ ਤੋਂ ਬਹੁਤ ਪੈਸਾ ਬਣਾਉਂਦੇ ਆ, ਪਰ ਨਹੀਂ, ਸਾਡਾ ਮੇਨ ਮਕਸਦ ਇਹ ਨਹੀਂ ਹੈਗਾ ਕਿ ਅਕੈਡਮੀ 'ਚੋਂ ਅਸੀਂ ਪੈਸਾ ਬਣਾਉਣਾ, ਸਾਡਾ ਮੇਨ ਮਕਸਦ ਹੈਗਾ ਕਲਚਰ ਨੂੰ ਪ੍ਰਮੋਟ ਕਰਨਾ। ਸੋ ਸਾਡਾ ਜਿੰਨਾ ਵੀ ਅਸੀਂ ਕਲਚਰ ਨੂੰ ਪ੍ਰਮੋਟ ਕਰ ਸਕਦੇ ਅਸੀਂ ਕਰਦੇ ਹਾਂ। ਹੁਣ ਤੁਸੀਂ ਦੇਖਿਆ ਹੋਊਗਾ ਜਿਵੇਂ ਆ, ਜਿਵੇਂ ਹੁਣ ਅਸੀਂ ਆ ਸਾਰਾ ਕੁਛ ਪਿੱਛੇ ਪੇਂਟਿੰਗ ਪੁਂਟਿੰਗ ਕਰਾਈ ਆ, ਹੁਣ ਇਹ ਸਾਡਾ ਮਕਸਦ ਇਹ ਸੀਗਾ ਕਿ ਬੱਚਿਆਂ ਨੂੰ ਦੱਸੀਏ ਕਿ ਆਹ ਤੂੰਬੀ ਹੈ, ਆਹ ਸਰੰਗੀ ਹੈ, ਅਲਗੋਜ਼ੇ ਹੈ, ਚਿਮਟਾ, ਢੱਡ ਹੈ, ਢੋਲ ਹੈ। ਸੋ ਉਹ ਚੀਜ਼ਾਂ ਹੁਣ ਅਸੀਂ ਆ ਜਦੋਂ ਪੇਂਟਿੰਗ ਕਰਾਈ ਸੀ, ਸਾਡੇ ਨਾ ਇੱਥੇ ਇੱਕ ਸਾਰੇ ਮੂਵਸ ਦੇ ਨੇਮ ਲਿਖੇ ਹੋਏ ਸੀਗੇ, ਸੋ ਉਹ ਅਸੀਂ ਹੁਣ ਲਾਏ ਆ ਕਿਉਂਕਿ ਪੇਂਟਿੰਗ ਦੇ ਕਰਕੇ। ਸੋ ਉਹ ਵੀ ਅਸੀਂ ਹੁਣ ਜਿਹੜੇ ਬੱਚੇ ਸਾਡੇ ਤੋਂ ਆਉਂਦੇ ਆ ਉਹਨਾਂ ਨੂੰ ਪੰਜਾਬੀ ਆਉਂਦੀ ਹੈ, ਕਈ ਵਾਰੀ ਜਦੋਂ ਅਸੀਂ ਉਹਨਾਂ ਨੂੰ ਮੂਵ ਟੀਚ ਕਰਦੇ ਹਾਂ, ਲਾ ਲਓ ਹੁਣ ਅਸੀਂ ਬੇਦੀ ਉਹਨਾਂ ਨੂੰ ਟੀਚ ਕੀਤੀ ਜਾਂ ਝੂਮਰ ਜੁੱਤੀ ਟੀਚ ਕੀਤੀ, ਕੋਈ ਵੀ ਜਦੋਂ ਵੀ ਸਿਖਲਾਈ ਕਰਦੇ ਹਾਂ ਆਪਾਂ ਉਹਨਾਂ ਨੂੰ, ਫਿਰ ਜਿਹੜੇ ਬੱਚਿਆਂ ਨੂੰ ਪੰਜਾਬੀ ਆਉਂਦੀ ਹੁੰਦੀ ਅਸੀਂ ਉਹਨਾਂ ਨੂੰ ਇਹ ਪੁੱਛਦੇ ਹੁੰਦੇ ਹਾਂ ਕਿ ਹਾਂ ਵੀ ਸਾਨੂੰ ਉੱਥੇ ਦੱਸੋ ਕਿ ਕਿੱਥੇ ਇਹ ਮੂਵ ਲਿਖਿਆ ਹੋਇਆ। ਸੋ ਉਹ ਸਾਨੂੰ ਦੱਸਦੇ ਹੁੰਦੇ, ਇੱਕ ਅਸੀਂ ਉਹ ਵੀ ਉਪਰਾਲਾ ਕੀਤਾ ਹੈਗਾ ਅਤੇ ਬੱਚਿਆਂ ਨੂੰ ਪਤਾ ਲੱਗੇ ਜੋ ਉਹ ਕਿਹੜਾ ਮੂਵ ਹੈ ਅਤੇ ਕਿੱਥੇ ਲਿਖਿਆ ਹੋਇਆ ਪੰਜਾਬੀ। ਬਹੁਤ ਅੱਛਾ ਜੀ, ਬਹੁਤ ਅੱਛਾ। ਦੂਜਾ ਮੂਵ ਤੋਂ ਭਾਵ ਕਿਹੜੀ ਚਾਲ ਭੰਗੜੇ ਦੀ ਬੱਚੇ ਝੂਮਰ, ਹਾਂਜੀ 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 ਹੋ ਗਈਆਂ। ਸੋ ਚੀਜ਼ਾਂ ਅਸੀਂ ਹਰੇਕ ਜਦੋਂ ਹੁਣ ਅਸੀਂ ਸਿਖਲਾਈ ਕਰੀ ਦੀ ਉਹਨਾਂ ਨੂੰ ਮੂਵ ਦੇ ਨਾਮ ਦੱਸੀਦੇ ਆ, ਸਾਰਾ ਕੁਝ ਦੱਸੀਦਾ। ਸੋ ਉਹੀ ਬੇਸਿਕਲੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਸਾਰਾ ਕੁਛ ਅਸੀਂ ਇੱਥੇ। ਬਹੁਤ ਅੱਛਾ ਜੀ, ਮੈਂ ਚੜ੍ਹਦੀ ਕਲਾ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਮੈਂ ਇੱਕ ਬੇਨਤੀ ਇਹਨਾਂ ਨੂੰ ਵੀ ਕੀਤੀ ਹੈ ਵੀ ਅਸੀਂ ਇੱਕ ਜਲਦੀ ਕੋਈ ਪ੍ਰੋਗਰਾਮ ਆਪਣੇ ਵਿਰਸੇ ਨਾਲ ਜੁੜਿਆ ਹੋਇਆ, ਭੰਗੜਾ ਹੋ ਗਿਆ, ਸਾਡੇ ਜਿੰਨੇ ਸਾਜ਼ ਹੋ ਗਏ ਉਹਨਾਂ ਨਾਲ, ਪਗੜੀ ਨਾਲ ਜੁੜਿਆ, ਦਸਤਾਰਾਂ ਵਰਾਇਟੀ ਦੀਆਂ ਦਸਤਾਰਾਂ ਨੇ, ਮੈਂ ਮੰਗਠ ਵੀਰ ਜੀ ਨੂੰ ਵੀ ਬੇਨਤੀ ਕੀਤੀ ਹੈ ਅਤੇ ਤੁਹਾਡੇ ਨਾਲ ਰਲ ਕੇ ਅਸੀਂ ਇਹ ਚਾਹੁੰਦੇ ਵੀ ਇਹ ਪ੍ਰੋਗਰਾਮ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਟੀ ਵੀ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਮਾਧਿਅਮ ਰਾਹੀਂ ਦੇਖਣ, ਉਹ ਘੱਟੋ ਘੱਟ ਉਹਨਾਂ ਦੇ ਵਿੱਚ ਇੱਕ ਇੰਸਪੀਰੇਸ਼ਨ ਆਵੇ ਵੀ ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਆਪ ਵੀ ਇਕੱਲੇ ਬੱਚੇ ਨਹੀਂ, ਵੀ ਅਸੀਂ ਆਪਣੇ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਨਾਲ ਜਿੱਥੇ ਵੀ ਹੋਈਏ ਉਹ ਜੁੜ ਸਕੀਏ। ਅਤੇ ਜਿਹੜੇ ਹੁਣ ਤੁਹਾਡੇ ਪ੍ਰੋਗਰਾਮ ਆ ਰਹੇ ਨੇ ਜਾਂ ਕੰਪੀਟੀਸ਼ਨ ਆ ਰਹੇ ਨੇ, ਇਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਾਂ, ਇਕੱਲੇ ਲੋਕਲ ਲੈਵਲ ਤੱਕ ਨਾ ਤੁਸੀਂ ਇਹਨਾਂ ਨੂੰ ਸੀਮਿਤ ਰੱਖੋ, ਅੰਤਰਰਾਸ਼ਟਰੀ ਪੱਧਰ ਤੱਕ ਇਹਨਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਅਤੇ ਅਸੀਂ ਤੁਹਾਡੇ ਨਾਲ ਹੈ। ਚੜ੍ਹਦੀ ਕਲਾ ਟਾਈਮ ਟੀ ਵੀ ਦਾ ਜਿਹੜਾ ਪਲੇਟਫਾਰਮ ਹੈ ਅਸੀਂ ਬੱਚਿਆਂ ਨੂੰ ਡੈਡੀਕੇਟ ਕਰ ਰਹੇ ਹਾਂ, ਨੌਜਵਾਨਾਂ ਨੂੰ ਡੈਡੀਕੇਟ ਕਰ ਰਹੇ ਹਾਂ, ਤਾਂ ਜੋ ਆਉਣ ਵਾਲੀ ਜਿਹੜੀ ਸਾਡੀ ਪਨੀਰੀ ਹੈ ਉਹ ਸੰਭਾਲੀ ਜਾ। ਸਾਡਾ ਹੁਣ ਪਲੈਨ ਇਹੀ ਹੈ ਕਿ ਜਿਹੜਾ ਸਾਡਾ ਹੁਣ ਅਗਲੇ ਸਾਲ ਕੰਪੀਟੀਸ਼ਨ ਹੋਣ ਜਾ ਰਿਹਾ, ਅਸੀਂ ਚਾਹੁੰਦੇ ਹਾਂ ਕਿ ਉਹ ਕੰਪੀਟੀਸ਼ਨ ਲਾਈਵ ਟੀ ਵੀ 'ਤੇ ਚੱਲੇ। ਸੋ ਅਸੀਂ ਬਹੁਤ ਮਤਲਬ ਕਿ ਅਸੀਂ ਚਾਹੁੰਦੇ ਕਿ ਪ੍ਰਮੋਟ ਹੋਵੇ, ਜਿੰਨਾ ਵੀ ਕਲਚਰ ਸਾਡਾ ਹੋ ਸਕਦਾ ਅਸੀਂ ਉਨਾ ਕਲਚਰ ਆਪਣਾ ਪ੍ਰਮੋਟ ਕਰਨਾ ਚਾਹੁੰਦੇ ਹਾਂ। ਸੋ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਜ਼ਰੂਰ ਉੱਥੇ ਪਹੁੰਚੇ ਕਿ ਸਾਰਾ ਕਵਰੇਜ, ਜਿੰਨਾ ਵੀ ਸਾਡਾ ਕੰਪੀਟੀਸ਼ਨ ਹੋਣਾ ਸਾਰਾ ਕਵਰ ਕਰੇ। ਅਤੇ ਹਾਂਜੀ, ਉਹਦੇ ਨਾਲ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਵੀ ਜਿੰਨੇ ਸਾਡੇ ਪ੍ਰੋਗਰਾਮ ਨੇ ਚੜ੍ਹਦੀ ਕਲਾ ਟਾਈਮ ਟੀ ਵੀ, ਸਾਡੇ ਵੱਲੋਂ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੀਏ। ਜਿਵੇਂ ਤੁਸੀਂ ਇਹ ਦੇਖ ਰਹੇ ਹੋ ਬੱਚੇ ਕਿੰਨੇ ਸੋਹਣੇ ਢੰਗ ਨਾਲ ਭੰਗੜਾ ਪਾ ਰਹੇ ਨੇ, ਜਾਂ ਹੋਰ ਐਸੇ ਅਸੀਂ ਜੇ ਵਧੀਆ ਤੋਂ ਵਧੀਆ ਪ੍ਰੋਗਰਾਮ ਆਪ ਜੀ ਤੱਕ ਲੈ ਕੇ ਪਹੁੰਚੀਏ, ਸਾਡੇ ਪ੍ਰੋਗਰਾਮਾਂ ਨੂੰ ਸਪੋਂਸਰ ਕਰੋ, ਸਾਨੂੰ ਇਨਵਾਈਟ ਕਰੋ। ਚੜ੍ਹਦੀ ਕਲਾ ਟਾਈਮ ਟੀ ਵੀ ਦੇ ਪ੍ਰੋਗਰਾਮਾਂ ਨੂੰ ਸਪੋਂਸਰ ਵੀ ਕੀਤਾ ਜਾ ਸਕਦਾ, ਨਾਲੇ ਪੁੰਨ ਨਾਲੇ ਫਲੀਆਂ, ਆਪਣੇ ਇਸ਼ਤਿਹਾਰ ਦਿਓ, ਆਪਣੇ ਕਾਰੋਬਾਰਾਂ ਦੇ ਇਸ਼ਤਿਹਾਰ ਦਿਓ, ਜਿੱਥੇ ਤੁਹਾਡੇ ਐਡ ਹੋਏਗੀ ਸੰਸਾਰ ਭਰ ਦੇ ਵਿੱਚ, ਉੱਥੇ ਇੱਕ ਸਾਨੂੰ ਤੁਹਾਡੀ ਸਪੋਰਟ ਵੀ ਮਿਲਦੀ ਹੈ, ਸਾਨੂੰ ਹੌਸਲਾ ਅਫਜ਼ਾਈ ਵੀ ਸਾਡੀ ਹੁੰਦੀ ਹੈ ਵੀ ਅਸੀਂ ਵਧੀਆ ਤੋਂ ਵਧੀਆ ਪ੍ਰੋਗਰਾਮ ਜਿਹੜੇ ਸਾਨੂੰ ਆਪਣੀ ਮਿੱਟੀ ਨਾਲ ਜੋੜ ਸਕਣ, ਸਾਡੀ ਮਾਂ ਬੋਲੀ ਨੂੰ ਸਾਰਿਆਂ ਪਾਸੇ ਪ੍ਰੋਤਸਾਹਿਤ ਕਰ ਸਕੀਏ, ਅਸੀਂ ਉਹਦੀ ਸੇਵਾ ਕਰ ਸਕੀਏ, ਉਹ ਜਿਹੇ ਪ੍ਰੋਗਰਾਮ ਆਪ ਜੀ ਤੱਕ ਲੈ ਕੇ ਆਈਏ, ਆਪਣੇ ਬੱਚਿਆਂ ਨੂੰ, ਆਪਣੇ ਪਨੀਰੀ ਨੂੰ, ਆਪਣੇ ਬਜ਼ੁਰਗਾਂ ਨੂੰ ਸੰਭਾਲ ਸਕੀਏ, ਐਸੇ ਪ੍ਰੋਗਰਾਮ ਅਸੀਂ ਆਪ ਜੀ ਤੱਕ ਲੈ ਕੇ ਆਈਏ। ਅਤੇ ਇਹਦੇ ਲਈ ਹਮੇਸ਼ਾ ਤੁਹਾਨੂੰ ਤੁਹਾਡੇ ਸਾਨੂੰ ਸਾਥ ਦੀ ਲੋੜ ਹੈ, ਤੁਹਾਡੇ ਸਾਥ ਦੀ ਸਾਨੂੰ ਲੋੜ ਹੈ। ਅਤੇ ਐਵੇਂ ਹੀ ਬਹੁਤ ਬਹੁਤ ਧੰਨਵਾਦ ਪਰਮਦੀਪ ਜੀ, ਆ ਛੋਟਾ ਜਿਹਾ ਅਸੀਂ ਕੈਪਸੂਲ ਜਿਹੜਾ ਇੱਕ ਅਚਨਚੇਤ ਜਿਹੜਾ ਆਏ ਹਾਂ। ਹਾਂਜੀ, ਅਤੇ ਮੈਂ ਚਾਹਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬੜੇ ਪ੍ਰੋਫੈਸ਼ਨਲ ਢੰਗ ਨਾਲ ਜ਼ਰੂਰ ਜੀ ਜ਼ਰੂਰ, ਜਿੱਦਾਂ ਮੈਂ ਦੱਸਿਆ ਕੰਪੀਟੀਸ਼ਨ ਸਾਡਾ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਕਰਾ ਰਹੇ ਹਾਂ, ਸੋ ਉਹ ਵੀ ਸਕਰੀਨ 'ਤੇ ਕਰਾਂਗੇ ਅਸੀਂ।
ਅਤੇ ਇੱਕ ਮੈਂ ਬੇਨਤੀ ਹੋਰ ਆਪਣੇ ਜਿੰਨੇ ਵੀ ਸਰੋਤੇ ਹੈਗੇ ਆ ਚੜ੍ਹਦੀ ਕਲਾ ਵਾਲੇ ਅਤੇ ਮੇਰੇ ਵਸਤਾ ਪੰਜਾਬ ਭੰਗੜਾ ਅਕੈਡਮੀ ਦੇ ਜਿੰਨੇ ਵੀ ਲੋਕ ਦੇਖਣ ਵਾਲੇ ਹੈਗੇ ਆ, ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਜਿਹੜੇ ਵੀ ਆਪਣਾ ਜਿਹੜੇ ਸਾਡੇ ਨਾਲ ਨਹੀਂ ਜੁੜੇ ਹੋਏ ਉਹ ਸਾਡੇ ਨਾਲ ਜੁੜੋ ਅਤੇ ਆਪਾਂ ਕਲਚਰ ਨੂੰ ਹੋਰ ਅੱਗੇ ਵਧਾ ਸਕੀਏ, ਜਿੰਨੇ ਬੱਚੇ ਸਾਡੇ ਨਾਲ ਜੁੜ ਸਕਦੇ ਆ ਜੁੜ ਸਕਣ, ਅਤੇ ਵਸਤਾ ਪੰਜਾਬ ਭੰਗੜਾ ਅਕੈਡਮੀ ਨਾਲ ਚੜ੍ਹਦੀ ਕਲਾ ਟੀ ਵੀ ਦੇ ਨਾਲ ਜ਼ਰੂਰ ਜੁੜੋ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਹੱਸਦਾ ਵਸਦਾ ਪੰਜਾਬ, ਵਸਦਾ ਰਹੇ ਪੰਜਾਬ ਅਤੇ ਵਸਦਾ ਪੰਜਾਬ ਇਸ ਅਕੈਡਮੀ ਦੇ ਜਿਹੜੇ ਬੱਚੇ ਨੇ ਉਹ ਨਾਲ ਇਸ ਕਵਰੇਜ ਦੇ ਵਿੱਚ ਹੈਲਪ ਕਰਾ ਰਹੇ ਸਨ। ਅਤੇ ਮੈਂ ਹਰਪ੍ਰੀਤ ਸਿੰਘ ਦਰਦੀ, ਇੱਥੋਂ ਹੀ ਮੰਗਦਾ ਇਜਾਜ਼ਤ, ਸ਼ਹਿਰ ਮੰਟਿਕਾ ਕੈਲੀਫੋਰਨੀਆ ਤੋਂ, ਸਪੈਸ਼ਲ ਕਵਰੇਜ ਵਸਦਾ ਪੰਜਾਬ ਦੇ ਬੱਚਿਆਂ ਦੀ ਇਸ ਪਰਫੋਰਮੈਂਸ ਦੀ ਲੈ ਕੇ ਆਪ ਜੀ ਤੱਕ ਪੁੱਜਿਆ। ਸਤਿ ਸ਼੍ਰੀ ਅਕਾਲ।